ਕਾਕ ਦੀ ਮੈਂ ਆਪਣੇ ਜਿਹੜੇ ਦੋਸਤ ਨੇ ਮਾਸ਼ਾਅੱਲਾ ਇਹ ਸਾਡੇ ਸਟਾਰ ਹੈਗੇ ਸਟਾਰੇ ਨੇ ਅਲੀ ਪਤੰਤੇ ਅਗਰ ਚਾਹਦੇ ਤੇ ਇਹ ਸਟਾਰੇ ਨੇ ਹੈਨਾ ਅਗਰ ਇਹ ਨਾਮ ਵੜਤੇ ਅਲੀ ਪਤੰਤੇ ਆਏ ਹਮza ਕੋਈ ਨਹੀਂ ਹੈ ਕੋਈ ਨਹੀਂ ਤੇ ਇਹ ਮਾਸ਼ਾਅੱਲਾ ਸਾਡੇ ਸਟਾਰੇ ਨੇ ਸਾਰੇ ਬੈਠੇ ਨੇ ਬੜੇ ਜ਼ਿੰਦਾਬਾਦ ਲੋਕ ਨੇ ਹੀਰੋ ਨੇ ਮਾਸ਼ਾਅੱਲਾ ਪਾਕਿਸਤਾਨ ਔਰ ਇੰਡੀਆ ਦੇ ਕਿ ਬੜੇ ਬੜੇ ਮੁਜਾਹਿਦ ਨੇ ਆਪਣੇ ਪਿਛਲਿਆਂ ਦੀ ਫਿਕਰ ਚ ਮਜ਼ਦੂਰੀਆਂ ਮਿਹਨਤਾ ਪਰਦੇਸ ਕੱਟਦੇ ਨੇ ਫਿਰ ਬੜੇ ਬੜੇ ਸ਼ਾਉਕਾਰ ਨੇ ਮਾਸ਼ਾਅੱਲਾ ਆਪਣੇ ਮਾਂ ਪਿਓ ਦੇ ਕੀਮਤੀ ਨੌਜਵਾਨ ਕੀਮਤੀ ਹੀਰੇ ਤੇ ਮੋਤੀ ਬੈਠੇ ਗੱਲ ਸਿਰਫ ਇਹ ਕਰਨੀ ਸੀ ਕਿ ਜੇ ਟਿਕਟਾਕ ਯੂਜ਼ ਕਰੋ ਨਾ ਸਟੂਡੈਂਟ ਮੈਂ ਤੁਹਾਨੂੰ ਤਾਂ ਇਜਾਜ਼ਤ ਦੇਵਾਂਗਾ ਜੇ ਬਲਾਕ ਵੀ ਵਿੱਚ ਕਰਨ ਵਾਲਾ ਸਿਸਟਮ ਕਰੋ ਤੇ ਜਿਹੜਾ ਬੰਦਾ ਤੁਹਾਡੀ ਤਬੀਅਤ ਦੇ ਖਿਲਾਫ ਹੈ ਕੋਈ ਲੇਡੀ ਕੋਈ ਔਰਤਾਂ ਪਤਾ ਹੈ ਗਲਤ ਕਿਸਮ ਦੀਆਂ ਉਹ ਵਿੱਚ ਉਹ ਬੈਠੀਆਂ ਨੇ ਕੋਈ ਮੁੜੇ ਮਰਦ ਗਲਤ ਕਿਸਮ ਦੇ ਉਹਨਾਂ ਨੂੰ ਬਲਾਕ ਵੀ ਕਰਨਾ ਹੈ ਠੀਕ ਹੈ ਨਾ ਤੇ ਅچھے ਨਾਈਸ ਜਿਹੜੇ ਚੈਨਲ ਨੇ ਮਤਲਬ ਸਮਝ ਕੋਈ ਪੜਨ ਪੜਾਣ ਦੀ ਕੋ ਗੱਲ ਹੈ ਕੋਈ ਭਲਾਈ ਦੀ ਗੱਲ ਹੈ ਉਹਨਾਂ ਨੂੰ ਫਾਲੋ ਕਰਨਾ ਇਸ ਚੀਜ਼ ਦੀ ਅਗਰ ਕਰਦੇ ਹੋ ਤੇ ਫਿਰ ਮੈਂ ਤੁਹਾਨੂੰ ਟਿਕਟਾਕ ਦੀ ਇਜਾਜ਼ਤ ਦਿਆਂਗਾ ਵੈਸੇ ਨਹੀਂ ਮੁੜੇ ਖਰਾਬ ਤੇ ਨਹੀਂ ਨਾ ਕਰਨੇ ਕਿਉਂ ਹਮਜ਼ਾ ਜੀ ਬਿਲਕੁਲ ਸਰ ਜੀ ਟਿਕਟਾਕ ਵੈਸੇ ਹਰ ਹਰ ਜਿਹੜੀ ਵੀਡੀਓ ਆ ਰਹੀ ਉਹਨੂੰ ਤੁਸੀਂ ਵੈਲਕਮ ਕਰੀ ਜਾਓ ਪਿਆਰਿਓ ਐਂਜ ਨਹੀਂ ਹੁਣ ਤੇ ਮਾਸ਼ਾਅੱਲਾ ਤੁਸੀਂ ਬੱਚਿਆਂ ਵਾਲੇ ਹੋ ਧੀਆਂ ਵਾਲੇ ਹੋ ਪੁੱਤਰਾਂ ਵਾਲੇ ਠੀਕ ਹੈ ਨਾ ਤੇ ਐ ਕੋਈ ਗੱਲ ਨਹੀਂ ਐ ਇਹ ਇਹ ਬੜੀ ਵੱਡੀ ਮਨਾਫਕਤ ਮੈਂ ਅੱਜ ਦਿਨ ਨੂੰ ਸੋਚਦਾ ਸੀ ਕਿ ਮੈਂ ਖੁਦ ਹਰ ਚੰਗਾ ਮਾੜਾ ਗੰਦਾ ਮੰਦਾ ਵੇਖੀ ਜਾਵਾਂ ਤੇ ਬੱਚਿਆਂ ਨੂੰ ਕਹਾਂ ਮੈਂ ਖਬਰਦਾਰ ਲੱਤਾ ਪਾਣਦੇ ਆਂਗਾ ਮੈਂ ਜੇ ਤੂੰ ਮੇਰਾ ਮਤਲਬ ਇਹ ਕੰਮ ਕੀਤਾ ਅੱਛਾ ਜੀ ਤੇ ਤੁਹਾਡੀਆਂ ਹੀ ਭੰਟੀਆਂ ਚਾ ਸਕਦੀਆਂ ਤੁਸੀਂ ਹਰ ਸ਼ਾਹ ਵੇਖੋ ਹਰ ਬਲਾ ਵੇਖੋ ਤੇ ਬੱਚੇ ਨੂੰ ਕਹੋ ਕਿ ਲੱਤਾ ਪਾਣਦੇ ਆਂਗਾ ਧੀ ਨੂੰ ਆਖੋ ਕਿ ਇਹਦੀਆਂ ਲੱਤਾ ਪਾਣਦੇ ਹੋ ਜੀ ਇਹ ਬਾਹਰ ਜਾਂਦੀ ਏ ਤੇ ਇਹ ਇੱਧਰ ਉੱਧਰ ਵੇਖਦੀ ਏ ਤੇ ਤੂੰ ਕਿਉਂ ਵੇਖਣਾ ਜੀ ਤੂੰ ਲਿਸੰਸ ਲਿਆ ਆ ਯਾ ਅੱਲਾ ਤਾਲਾ ਕੋਲੋਂ ਯਾ ਰੱਬ ਕੋਲੋਂ ਯਾ ਅਸਮਾਨ ਤੂੰ ਕਿ ਤੂੰ ਹਰ ਗੰਦਾ ਮੰਦਾ ਵੇਖ ਸਕਣਾ ਤੇ ਧੀ ਵੇਖੇ ਯਾ ਪੁੱਤਰ ਵੇਖੇ ਤੂੰ ਦੀਆਂ ਨੱਤਾਂ ਭਾਂਦਿਆਂਗੇ ਠੀਕ ਹੈ ਨਾ ਇਨਸਾਫ ਕਾਇਮ ਕਰੋ ਜੇ ਮੁਨਾਫਕਤ ਹੈ ਕਿ ਆਪਣੀਆਂ ਧੀਆ ਪੁੱਤਰਾਂ ਨੂੰ ਕਹਿਣਾ ਮਤਲਬ ਖਬਰਦਾਰ ਹੈ ਕੰਮ ਤੂੰ ਕਰੇ ਔਰ ਆਪਣੀਆਂ ਭੈਣਾਂ ਨੂੰ ਕਹਿਣਾ ਖਬਰਦਾਰ ਤੂੰ ਜੇ ਘਰੋਂ ਬਾਹਰ ਨਿਕਲੀ ਯਾ ਤੂੰ ਐਂ ਸੇਰੂ ਤਾਂ ਯਾ ਉ ਤਾਂ ਵੇਖਿਆ ਯਾ ਅ ਜੀ ਨਕਾਬ ਕਰਿਆ ਕਰ ਔਰ ਇਹ ਹੈ ਉਹ ਹੈ ਤੇ ਆਪੇ ਤੂੰ ਮੇਰਾ ਮਤਲਬ ਹੈ ਜਨਾਨੀਆਂ ਨੂੰ ਵੀ ਘੂਰੇ ਕੁੜੀਆਂ ਨੂੰ ਵੀ ਘੂਰੇ ਹਾਂਜੀ ਚੋਕ ਦੇ ਵਿੱਚ ਖਲੋ ਕੇ ਤੇ ਤੇਰੀ ਨਜ਼ਰ ਦੇ ਵਿੱਚ ਹਈਆ ਹੀ ਕੋਈ ਨਾ ਹੋਵੇ ਇਹ ਕੰਮ ਨਹੀਂ ਕਰਨਾ ਇਨਸਾਫ ਦੀ ਗੱਲ ਹੈ ਜੀ ਹਾਂ ਜਿਹੋ ਮਰਜ਼ੀ ਕਰੀ ਕਿਸੇ ਨੂੰ ਮੜਾ ਨਹੀਂ ਕਰਦਾ ਆਪਣਾ ਉਹ ਗੱਲ ਹੈ ਜੀ ਸ਼ਾਬਾਸ਼ ਹਮੇਸ਼ਾ ਇਨਸਾਫ ਕਾਇਮ ਕਰੋ ਅਗਰ ਤੂੰ ਖੁਦ ਤੇਰੀਆਂ ਅੱਖਾਂ ਚ ਹਈਆ ਨਹੀਂ ਐਵੀ ਤੂੰ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕੂਰਨਾ ਤੇ ਫਿਰ ਇਜਾਜ਼ਤ ਦੇ ਬੱਚੇ ਵੀ ਕੂਰਨਾ ਆ ਭੈਣਾਂ ਵੀ ਕੂਰਨਾ ਧੀਆਂ ਵੀ ਕੂਰਨਾ ਫਿਰ ਸਾਰਿਆਂ ਨੂੰ ਇਜਾਜ਼ਤ ਦੇ ਮਦਰ ਕਹਿੰਦੇ ਜੀ ਅਸੀਂ ਕਿਸੇ ਦੀ ਭੈਣ ਛੇੜਾਂਗੇ ਨਾ ਕੋ ਸਾਡੇ ਵੀ ਛਿੜੇਗਾ ਜਦ ਤੇ ਹਾਂ ਸ਼ਾਬਾਸ਼ ਤੇ ਆਪਣੀ ਅੱਖ ਵਿੱਚ ਹਈਆ ਪੈਦਾ ਕਰੋ ਮੈਂ ਤੇ ਇਹ ਇਨਸਾਫ ਪਸੰਦ ਤਬੀਅਤ ਹੈ ਮੇਰੀ ਜੇ ਮੈਂ ਵੇਖਾਂਗਾ ਤੇ ਫਿਰ ਮੇਰੀ ਧੀ ਤੇ ਪੁੱਤਰ ਨੂੰ ਵੀ ਵੇਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਪਹਿਣਾ ਨਹੀਂ ਵੇਖਣ ਦੀ ਇਜਾਜ਼ਤ ਹੋਣੀ ਚਾਹੀਦੀ ਭਰਾਵਾਂ ਨੂੰ ਵੇਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਜੇ ਉਹਨਾਂ ਨੂੰ ਨਹੀਂ ਇਜਾਜ਼ਤ ਤੇ ਮੰਨ ਨੂੰ ਵੀ ਇਜਾਜ਼ਤ ਹੈ ਇਹਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਟਿਕਟਾਕ ਤੇ ਬੈਠੇ ਆ ਜੀ ਜਨਾਬ ਉਹ ਗੰਦੇ ਮੰਦੇ ਵੀ ਆ ਰਹੇ ਨੇ ਜੋ ਸਭ ਵੇਖੀ ਜਾ ਰਹੇ ਨੇ ਹੈ ਜੀ ਤੇ ਬੱਚੇ ਤੂੰ ਮੋਬਾਈਲ ਦੂਰ ਬੱਚੇ ਤੂੰ ਇੰਤਜ਼ਾਰ ਕਰ ਤੂੰ ਆਇਆ ਇਨਸ਼ਾਅੱਲਾ ਮੁੱਛਨ ਵਟ ਦੇ ਕੇ ਆਵੇਗਾ ਫਿਰ ਹਾਂਜੀ ਆਪਣੀ ਵੀ ਨਜ਼ਰ ਚ ਹਇਆ ਪੈਦਾ ਕਰੀਏ ਔਰ ਫਿਰ ਆਪਣੀ ਘਰ ਦੀਨ ਵੀ ਆਖੀਏ ਆਪਣੇ ਧੀਆਂ ਪੁੱਤਰਾਂ ਨੂੰ ਵੀ ਆਖੀਏ ਆਪਣੀਆਂ ਭੈਣਾਂ ਨੂੰ ਵੀ ਆਖੀਏ ਮੈਂ ਆਪਣੇ ਮੁਆਸ਼ਰੇ ਦਾ ਇਹ ਜਿਹੜੀ ਬੇਇਨਸਾਫੀ ਹੈ ਨਾ ਮੈਨੂੰ ਸਖਤ ਨਾ ਪਸੰਦ ਹੈ ਕਿ ਪੁੱਤਰ ਕਰੇ ਕੋਈ ਗੰਦੀ ਹਰਕਤ ਔਰ ਚਲੋ ਜੀ ਮੁੜਾ ਚੁੜਾ ਤੇ ਜੇ ਧੀ ਕਰੇ ਤੇ ਦੀਆਂ ਲੱਤਾਂ ਪੰਡਦੇ ਹੋ ਅੱਛਾ ਜੀ ਇਹ ਅੱਲਾਹ ਤਾਲਾ ਨੇ ਕੁਰਾਨ ਪਾਕ ਵਿੱਚ ਇਹ ارشاد فرمایا ਕਿ ਪੁੱਤਰ ਨੂੰ ਆਖੋ ਮੂੜਾ ਚੂੜਿਆ ਇਹ ਕੋਈ ਨਹੀਂ ਜੀ ਮੂੜਾ ਚੂੜਿਆ ਜੇ ਫਿਰ ਨਾ ਸਮਝੇ ਤੇ ਤੀਤੀ ਕਰੇ ਤੇ ਉਹਦੀਆਂ ਲੱਤਾਂ ਭੰਦੇਓ ਇਹਨੂੰ ਜਨਾਬੇ ਵਾਲਾ ਮਾਰ ਕੇ ਸੁੱਟਦੇਓ ਇਨਸਾਫ ਕਾਇਮ ਕਰੋ ਮੇਰੇ ਪਾਈਓ ਔਰ ਯਾਦ ਰੱਖ ਜੋ ਤੂੰ ਕਰੇਗਾ ਤੇਰੇ ਨਾਲ ਹੋਏਗਾ ਹਾਂ ਅਗਰ ਤੂੰ ਆਪਣੀ ਅੱਖ ਵਿੱਚ ਹਇਆ ਪੈਦਾ ਕੀਤਾ ਤੂੰ ਨਮਾਜ਼ ਦਾ ਪ੍ਰੇਗਾਰੇ ਦਾ ਇਬਾਦਤ ਦਾ ਪਾਬੰਦ ਤੇਰੀ ਅੱਖ ਵਿੱਚ ਹਇਆ ਹੈ ਔਰ ਤੂੰ ਕਿਸੇ ਦੀ ਧੀ ਭੈਣ ਨੂੰ ਬੁਰੀ ਨਜ਼ਰ ਨਾਲ ਨਹੀਂ ਵੇਖਦਾ ਤੂੰ ਟੈਨਸ਼ਨ ਨਾ ਲੈ ਤੇਰਾ ਧੀ ਪੁੱਤਰ ਆਪੇ ਹੀ ਇਹਨਾਂ ਚੀਜ਼ਾਂ ਤੂੰ ਬਾਜ਼ ਰਹਿਗਾ ਤੇ ਜੇ ਤੂੰ ਆਪਣੇ ਖੂਨ ਦੇ ਵਿੱਚ ਉਹ ਚੀਜ਼ਾਂ ਸ਼ਾਮਿਲ ਕਰ ਰਿਹਾ ਕਰ ਰਹੀ ਹੈਂ ਵੈਰੀ ਗੁੱਡ ਕਰੀ ਜਾ ਫਿਰ ਬੱਚਿਆਂ ਦਾ ਵੀ ਇੰਤਜ਼ਾਰ ਕਰਕੇ ਉਹ ਕਰਨ ਫਿਰ ਆਪਣੇ ਅੰਦਰ ਹੌਸਲਾ ਪੈਦਾ ਕਰੋ ਬਰਦਾਸ਼ਤ ਕਰਨ ਦਾ ਬੜੀ ਤਕਲੀਫ ਹੁੰਦੀ ਏ ਕਿ ਅਸੀਂ ਇੱਥੇ ਫਿਰ ਐਸਐਸਆਰ ਕਰਤਾ ਕਰ ਦਿੰਨੇ ਆ ਕਿ ਗੋਰੇ ਫਿਰ ਜਨਾਬੇ ਵਾਲਾ ਸਾਡੀਆਂ ਉਹ ਫਿਰ ਖਬਰਾਂ ਤਿਆਰ ਕਰਦੇ ਨੇ ਗੈਰਤ ਵੈਰੀ ਗੁੱਡ ਅੱਛੀ ਚੀਜ਼ ਹੈ ਗੈਰਤ ਹੋਣੀ ਚਾਹੀਦੀ ਹੈ ਮਰਦ ਮਰਦ ਹੀ ਕਹਾਜ ਦੇ ਚ ਗੈਰਤ ਨਾ ਆਵੇ ਲੇਕਿਨ ਮੇਰੇ ਭਾਈ ਆਪਣੇ ਆਪ ਨੂੰ ਦੇਖ ਕੇ ਤੂੰ ਕਿੱਥੇ ਤੱਕ ਗਿਆ ਜਿੰਨਾ ਕੋ ਤੂੰ ਹੈ ਗਿਆ ਜਵਾਨੀ ਚ ਜਿੰਨਾ ਕੋ ਤੂੰ ਸੀ ਉਹਨਾਂ ਕੋ ਬੱਚੇ ਵੀ ਇਨਸ਼ਾਅੱਲਾ ਹੋਣਗੇ ਤੇ ਜੇ ਤੇਰੇ ਕੋਲ ਕੋਈ ਗੱਲ ਨਹੀਂ ਤੇ ਫਿਰ ਸਬਰ برداشت ਕੋਲ ਕੰਮ ਲੈ ਔਰ ਆਸਤਾ ਆਸਤਾ ਆਪਣੇ ਆਪ ਨੂੰ ਵੀ ਠੀਕ ਕਰ ਘਰ ਦਾ ਮਾਹੌਲ ਵੀ ਠੀਕ ਹੋ ਜਾਏਗਾ ਹਾਂ ਇਤਨੀ ਗੈਰਤ ਇੰਜ ਦੀ ਨਹੀਂ ਚਾਹੀਦੀ ਕਿ ਅਸੀਂ ਆ ਲਾਸ਼ੇ ਹੀ ਗिरांदे ਜਾਈਏ ਅਸੀਂ ਬੰਦੇ ਆਪਣੇ ਘਰਦਿਆਂ ਨੂੰ ਮੇਰਾ ਮਤਲਬ ਹੈ ਸੂਲੀਆਂ ਹੀ ਦਿੰਦੇ ਜਾਈਏ ਬੜੀ ਤਕਲੀਫ ਹੁੰਦੀ ਹੈ ਇੱਥੇ ਇਟਲੀ ਚ ਦੋ ਤਿੰਨ ਮਾਮਲੇ ਹੋਏ ਨੇ ਬੱਚਿਆਂ ਨੂੰ ਅਪਲਾਈ ਕਾਦਾ ਕਰਨਾ ਜੇ ਤੁਹਾਡੇ ਚ ਨਹੀਂ ਇਨੀ ਬਰਦਾਸ਼ਤ ਮੈਂ ਕੁਝ ਖਾਸ ਜਿਹੜੇ ਜੀ ਹੈ ਨਹੀਂ ਉਹਨਾਂ ਨਾਲ ਗੱਲ ਕਰਨਾ ਪਿਆ ਸਟੂਡੈਂਟਸ ਤੁਹਾਡੇ ਨਾਲ ਜਾਂ ਮਾਸ਼ਾਅੱਲਾ ਨਾਈਸ ਬੈਠੇ ਨੇ ਬੜੇ ਬੜੇ ਅچھے ਸੋਚ ਵਾਲੇ ਪਰਸਨੈਲਿਟੀ ਵਾਲੇ ਮੇਰੇ ਤੋਂ ਅੱਛੀ ਪਰਸਨੈਲਿਟੀ ਵਾਲੇ ਬੈਠੇ ਨੇ ਤੇ ਮੈਂ ਇੱਕ ਗੱਲ ਪਿਆ ਕਰਨਾ ਭਾਈ ਜੇ ਤੁਸੀਂ ਬੱਚਿਆਂ ਨੂੰ ਅਪਲਾਈ ਕੀਤਾ ਹੈ ਧੀਆਂ ਨੂੰ ਪੁੱਤਰਾਂ ਨੂੰ ਜਾਂ ਵਾਈਫ ਨੂੰ ਤੇ ਫਿਰ ਸਬਰ برداشت ਕੋਲ ਕੰਮ ਲਓ ਔਰ ਥੋੜਾ ਜਿਹਾ ਕੋਸ਼ਿਸ਼ ਕਰ ਲਓ ਆਪਣੇ ਅੰਦਰ ਇੱਕ ਤੇ ਪਹਿਲੀ ਗੱਲ ਹੈ ਤਹਮਲ برداشت ਕਰੋ ਸਬਰ ਪੈਦਾ ਕਰੋ ਔਰ ਗੈਰਤ ਠੀਕ ਹੈ ਜ਼ਰੂਰੀ ਹੈ ਲੇਕਿਨ ਉਹਦੀ ਇੱਕ ਲਿਮਟ ਹੈ ਕਿ ਭਾਈ ਅੱਲਾਹ ਤਾਲਾ ਕੋਲ ਦੁਆ ਕਰੋ ਆਪਣਾ ਅਮਲ ਕਰਕੇ ਦਿਖਾਓ ਘਰ ਦੇ ਵਿੱਚ ਤੇ ਜੇ ਕੋਈ ਮਾਮਲਾ ਹੋ ਜੇ ਅੱਲਾਹ ਅਗੇ ਰੋ ਉਹ ਠੀਕ ਹੈ ਤਰੀਕੇ ਦੇ ਨਾਲ ਗੁਜ਼ਾਰਿਸ਼ ਕਰਕੇ ਬੱਚਿਆਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਮਸਲਾ ਹੱਲ ਕਰ ਲਓ ਅੱਲਾ ਪਾਕ ਦੇ ਰਸੂਲ ਸੱਲੱਲਾਹੁ ਅਲੈਹ ਵਸੱਲਮ ਆਪਨੇ ਮਿਸਾਲਾਂ ਸਾਨੂੰ ਦਿੱਤੀਆਂ ਨੇ ਆਪਨੇ ਸਾਨੂੰ ਕਰਕੇ ਦਿਖਾਇਆ ਹਰ ਮਾਮਲੇ ਦਾ ਹੱਲ ਆਪ ਸੱਲੱਲਾਹੁ ਅਲੈਹ ਵਸੱਲਮ ਦੀ ਜ਼ਿੰਦਗੀ ਵਿੱਚ ਹਰ ਮਾਮਲੇ ਮੁxtਲਿਫ ਕਿਸਮਾਂ ਦੇ ਮਾਮਲੇ ਆਏ ਨੇ ਆਪਨੇ ਮਿਸਾਲਾਂ ਦਿੱਤੀਆਂ ਹੋਈਆਂ ਨੇ ਆਪਨੇ ਤੇ ਨਹੀਂ ਕਿਹਾ ਮਾਰ ਦਿਓ ਇਹਨੂੰ ਲੱਤਾਂ ਇਹਦੀਆਂ ਭਾਨ ਕੇ ਬਾਹਰ ਸੁੱਟ ਦਿਓ ਉਸ ਬੋਰੀ ਚ ਪਾ ਕੇ ਸੁੱਟ ਦਿਓ ਉਸ ਨਹੀਂ ਐ ਨਹੀਂ ਤਰੀਕਾ ਕਰ ਰਿਹਾ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਕਰੋ ਅੱਲਾ ਦੇ ਰਸੂਲ ਪਾਕ ਸੱਲ ਸੱਲਮ ਘਰ ਦੇ ਵਿੱਚ ਆਉਂਦੇ ਸੀ ਤੇ ਮੈਂ ਪੜ੍ਹਦਾ ਸੀ ਕਿ ਆਪ ਜੇ ਵੇਖਿਆ ਨਾ ਇਸ਼ਾਤੂ ਬਾਦ ਜਾਂ ਥੋੜੇ ਲੇਟ ਆਏ ਨੇ ਉਹ ਦੇਖਿਆ ਕਿ ਘਰ ਦੇ ਸੁੱਤੇ ਨੇ ਆਰਾਮ ਦੇ ਨਾਲ ਦਰਵਾਜ਼ਾ ਖੋਲਦੇ ਸੀ ਆਰਾਮ ਦੇ ਨਾਲ ਪੈਰਾਂ ਦੀ ਆਵਾਜ਼ ਵੀ ਨਾ ਆਵੇ ਟਕ ਟਕ ਐ ਨਹੀਂ ਕਿ ਪਤਾ ਲੱਗਿਆ ਜੀ ਪਪਾ ਆਏ ਨੇ ਤੇ ਜਨਾਬ ਉਹ ਦਰਵਾਜ਼ੇ ਨੂੰ ਠੁਡਾ ਉਹ ਚੀਜ਼ ਨੂੰ ਇੰਜ ਖੜਕਾ ਕੇ ਨਾ ਆਰਾਮ ਦੇ ਨਾਲ ਓਲੀ ਓਲੀ ਕਦਮਾਂ ਚ ਆਉਂਦੇ ਸੀ ਔਰ ਅਲਕਾ ਜਿਹਾ ਕਹਿੰਦੇ ਸੀ ਸਲਾਮੁਅਲੈਕਮ تاکہ ਜਿਹੜੇ ਜਾਗਦੇ ਨੇ ਜਵਾਬ ਦੇ ਲੈਣ ਜਿਹੜੇ ਸੁੱਤੇ ਨੇ ਉਹ ਆਰਾਮ ਫਰਮਾਉਣ। ਔਰ ਆਪ ਸੱਲਾਹ ਸੱਲਮ ਨੇ فرمایا ਕਿ ਤੂੰ ਬਾਹਰ ساری ਦੁਨੀਆ ਤਨਹੀਰੋ ਆਖੇ ਤੈਨੂੰ ਸ਼ਹਜ਼ਾਦਾ ਆਖੇ ਤੈਨੂੰ ਬਾਦਸ਼ਾਹ ਆਖੇ ਤੂੰ ਹੀਰੋ ਸ਼ਹਜ਼ਾਦਾ ਤੇ ਬਾਦਸ਼ਾਹ ਤਾਂ ਹੈ ਜਦੋਂ ਤੇਰੇ ਘਰ ਦੇ ਤੇਰੇ ਧੀਆਂ ਪੁੱਤਰ ਤੇਰੀ ਘਰ ਦੀ ਆਖੇ ਤੂੰ ਸ਼ਹਜ਼ਾਦਾ ਤੇ ਬਾਦਸ਼ਾਹ ਹੈ। ਘਰ ਦੇ ਤੋਹਾ ਤੋਹਾ ਪੇ ਕਰਨ ਆਖਣ ਆਵੇ ਹੋਏ ਆ ਗਿਆ ਜੇ ਤੇ ਹੁਣ ਸਾਰੇ ਮੇਰਾ ਮਤਲਬ ਗੁੱਠਾਂ ਚ ਲੱਗ ਜਾਓ ਤੂੰ ਕਾਦਾ ਬਾਦਸ਼ਾਹ ਤੇ ਸ਼ਹਜ਼ਾਦਾ ਹੈ। ਬਾਹਰ ਦੀ ਇੱਜ਼ਤ ਦਾ ਜੇਕਰ ਇਜ਼ਤ ਹੈ ਘਰ ਰੌਣਕ ਹੈ ਘਰ ਖੁਸ਼ੀ ਖੁਸ਼ੀ ਰਹੋ ਆਸ ਖੇਡ ਕੇ ਰਹੋ ਹਰ ਇਨਸਾਨ ਆਪਣੇ ਅਮਲਾਂ ਦਾ ਜ਼ਿੰਮੇਵਾਰ ਹੈ ਕਿਆਮਤ ਵਾਲੇ ਦਿਨ ਅੱਲਾਹ ਦੇ ਸਾਹਮਣੇ ਵੀ ਸਾਡਾ ਕੰਮ ਹੈ ਅچھے ਤਰੀਕੇ ਦੇ ਨਾਲ ਅਮਲ ਕਰਕੇ ਦਿਖਾਣਾ ਮੈਂ ਨਮਾਜ਼ ਦਾ ਟਾਈਮ ਹੈ ਮੈਂ ਉਠਿਆ ਉੱਠ ਕੇ ਨਮਾਜ਼ ਪੜ੍ਹੀ ਅچھے ਤਰੀਕੇ ਦੇ ਨਾਲ ਔਰ ਉਸ ਤੋਂ ਬਾਅਦ ਅੱਲਾਹ ਦਾ ਰਸੂਲ ਦਾ ਨਾਂ ਲਿਆ ਉਸ ਤੋਂ ਬਾਅਦ ਰੋਟੀ ਖਾਂਦਿਆਂ ਵੀ ਅچھے ਤਰੀਕੇ ਦੇ ਨਾਲ ਖਾਣਾ ਖਾਦਾ ਮਹਿਮਾਨ ਨੂੰ ਅچھے ਤਰੀਕੇ ਦੇ ਨਾਲ ਡੀਲ ਕੀਤਾ ਔਰ ਬਾਹਰ ਨਿਕਲਿਆ ਤੇ ਆਪਣੀਆਂ ਨਜ਼ਰਾਂ ਦੀ ਹਿਫਾਜ਼ਤ ਨਾਲ ਬੰਦੇ ਦੇ ਪੁੱਤਰਾਂ ਮੈਂ ਬਾਹਰ ਨਿਕਲਿਆ ਕਿਸੇ ਦੀ ਧੀ ਭੈਣ ਨਾਲ ਮੇਰੀ ਗਲਤ ਨਜ਼ਰ ਨਹੀਂ ਜਾਂਦੀ ਬਸ ਇਹ ਬਿਹਤਰੀਨ ਤਬਲੀਗ ਹੈ ਗਈ ਬੱਚੇ ਵੇਖ ਕੇ ਆਪੇ ਠੀਕ ਹੋ ਜਾਣਗੇ ਤੇ ਬੱਚਿਆਂ ਨੂੰ ਅੱਛੇ ਤਰੀਕੇ ਦੇ ਨਾਲ ਖੁਸ਼ੀ ਖੁਸ਼ੀ ਮੁਸਕਰਾਹਟ ਦੇ ਹੋਏ ਅੰਦਾਜ਼ ਦੇ ਨਾਲ ਬੱਚਿਆਂ ਨੂੰ ਦਸੀਏ ਕਿ ਪੁੱਤਰ ਇਹ ਕੰਮ ਠੀਕ ਹੈ ਇਹ ਕੰਮ ਮਾੜਾ ਹੈ ਬਾਕੀ ਤੁਹਾਡੀ ਮਰਜ਼ੀ ਜੇ ਬੱਚੇ ਉਹਨੂੰ ਅਟੈਂਡ ਕਰ ਉਹਨੂੰ ਲੈ ਲੈਣਗੇ ਉਸ ਗੱਲ ਨੂੰ ਤੇ ਵੈਰੀ ਗੁੱਡ ਜੇ ਨਹੀਂ ਲੈਂਦੇ ਤੇ ਉਹ ਮਸੂਲ ਨੇ ਉਹ ਜ਼ਿੰਮੇਵਾਰ ਨੇ ਮੇਰੇ ਭਾਈ ਤੈਨੂੰ ਕਿਆਮਤ ਵਾਲੇ ਦਿਨ ਤੇਰੇ ਗਲ ਚ ਕਪੜਾ ਨਹੀਂ ਪਾਇਆ ਜਾਏਗਾ ਅਗਰ ਤੂੰ ਨਮਾਜ਼ ਦਾ ਪ੍ਰੇਗਾਰੇ ਦਾ ਇਬਾਦਤ ਦਾ ਕਹਿ ਦਿੱਤਾ ਏ ਤੇ ਵੈਰੀ ਗੁੱਡ ਤੇਰੇ ਇਸ ਇਮੇਜ਼ੀ ਕਹਿਣਾ ਉਸ ਤੋਂ ਬਾਅਦ ਆਪਣੇ ਅੰਦਰ ਬਰਦਾਸ਼ਤ ਪੈਦਾ ਕਰ ਮਰਦਾਨਗੀ ਇਹ ਨਹੀਂ ਹੁੰਦੀ ਕਿ ਮਤਲਬ ਪਿਛਾੜ ਦਿਓ ਹਾਂ ਅਗਰ ਬਾਹਰ ਤੇਰਾ ਕਿਰੇ ਮੈਚ ਪੈ ਗਿਆ ਜਣਿਆਂ ਦੇ ਨਾਲ ਉੱਥੇ ਉਹ ਹੈ ਵੀ ਗਲਤ ਸੀ ਤੂੰ ਠੀਕ ਸੀਗਾ ਤੇ ਫਿਰ ਤੂੰ ਪਿਛਾੜ ਦਿੱਤਾ ਔਰ ਮੇਰਾ ਮਤਲਬ ਹੈ ਮੈਦਾਨ ਮਾਰ ਕੇ ਆਏ ਤੇ ਅਸੀਂ ਤੈਨੂੰ ਕਵਾਂਗੇ ਕਿ ਹਾਂ ਤੇਰੇ ਕੋ ਕੋ ਗੱਲ ਹੈ ਜਨਾਨੀਆਂ ਤੇ ਮਤਲਬ ਸੋਟਾ ਚਲਾਣਾ ਜਨਾਨੀਆਂ ਨੂੰ ਮੇਰਾ ਮਤਲਬ ਬੜਕਾ ਮਾਰਨੀਆਂ ਇਹ ਕਾਦੀ ਮਰਦਾਨਗੀ ਹੈ ਜੀ ਧੀਆਂ ਪੁੱਤਰਾਂ ਨੂੰ ਬੜਕਾ ਮਾਰਨੀਆਂ ਇਹ ਕਾਦੀ ਮਰਦਾਨਗੀ ਹੈ ਘਰ ਦੇ ਵਿੱਚ ਗਰਜਣਾ ਇਹ ਕਾਦੀ ਮਰਦਾਨਗੀ ਠੀਕ ਹੈ ਮੇਰਾ ਹੱਕ ਨਹੀਂ ਬਣਦਾ ਇਹਨਾਂ ਚੀਜ਼ਾਂ ਡਿਸਕਸ ਕਰਨੀਆਂ ਲੇਕਿਨ ਥੋੜੀ ਤਕਲੀਫ ਹੁੰਦੀ ਹੈ ਹੁਣ ਅਸੀਂ ਯੂਰਪ ਚ ਇਟਲੀ ਚ ਆਏ ਆ ਤੇ ਸਾਡੇ ਅੰਦਰ ਬਰਦਾਸ਼ਤ ਹੀ ਕੋਈ ਨਹੀਂ ਧੀਆਂ ਪੁੱਤਰਾਂ ਨੂੰ ਐਵੇਂ ਪਿਆ ਤਰਾਣਾ ਔਰ ਆਪਣਾ ਹਾਲ ਹੀ ਕੋਈ ਨਹੀਂ ਆਪੇ ਜਾਣਾ ਤੇ ਜਨਾਬ ਚੋਕਾਂ ਦੇ ਵਿੱਚ ਜਿਸ ਟਾਈਮ ਜਨਾਬ ਸਾਹਿਬ ਕਿਸੇ ਨੂੰ ਬਖਸ਼ਦੇ ਨਹੀਂ ਪਏ ਕੋਈ ਕੁੜੀ ਕੀ ਕੋਈ ਸ਼ਹਿਰ ਕੀ ਗੁਜ਼ਰਦੀ ਹੈ ਭੀ ਜਨਾਬ ਸਾਹਿਬ ਨੇ ਹਰ ਇੱਕ ਦਾ ਉਹ ਪੂਰਾ ਜਿਹੜਾ ਉਹ ਐਕਸਟਰਾ ਕਰਨਾ ਤੇ ਜਨਾਬ ਸਾਹਿਬ ਦੀ ਹਾਲਤ ਔਰ ਘਰ ਦੇ ਵਿੱਚ ਹੂੰ ਹੂੰ ਇਹ ਕਿਉਂ ਹੋਇਆ ਇਹ ਕਿਉਂ ਹੋਇਆ ਇਹ ਕਿਉਂ ਹੋਇਆ ਥੋੜਾ ਜਿਆਦਾ ਸਬਰ برداشت ਪੈਦਾ ਕਰੋ ਬੱਚੇ ਆ ਗਏ ਨੇ ਅچھے ਤਰੀਕੇ ਦੇ ਨਾਲ ਮੈਂ ਦੇਖਿਆ ਜਨਾਬ ਇਟਲੀ ਮੁਲਕ ਚਸੀ ਰਹਨੇ ਆ ਨਾ ਇਤਨੇ ਇਤਨੇ ਮੁਹੱਜ਼ਬ ਇਤਨੀਆਂ ਪਾਕੀਜ਼ਾ ਇਤਨੀਆਂ ਅੱਛੀਆਂ ਫੈਮਲੀਆਂ ਨੇ ਇਤਨੇ ਬੱਚੇ ਸੁਲਝੇ ਹੋਏ ਨੇ ਅੱਲਾ ਜਾਣਦਾ ਪਾਕਿਸਤਾਨ ਵੀ ਨਹੀਂ ਇਸ ਤਰ੍ਹਾਂ ਦੇ ਸੁਲਝੇ ਬੱਚੇ ਮੈਂ ਵੇਖੇ ਮੈਂ ਬੱਚਿਆਂ ਨੂੰ ਕੁਰਾਨ ਪਾਕ ਹੀ ਪੜ੍ਹਾਉਂਦਾ ਰਿਹਾ ਬੱਚਿਆਂ ਦੀ ਇਸਲਾਹ ਤਰਬੀਅਤ ਵਿੱਚ ਵੀ ਮੈਂ ਰਿਹਾ ਤਿੰਨ ਚਾਰ ਸਾਲ ਐਸੀ ਐਸੀ ਨਾਈਸ ਫੈਮਲੀ ਐਸੇ ਸਿਆਰੇ ਬੱਚੇ ਐਸੇ ਸੁਲਝੇ ਬੱਚੇ ਜਵਾਨ ਹੋਏ ਨੇ ਉਮਰ 18-18 ਸਾਲ ਹੈ ਲੇਕਿਨ ਬੱਲੇ ਬੱਲੇ ਮਾਸ਼ਾਅੱਲਾ ਇਤਨੇ ਨਾਈਸ ਨੇ ਖੁਸ਼ਬੂ ਆਂਦੀ ਹੈ ਉਹਨਾਂ ਦੇ ਕੋਲ ਬੈਠ ਕੇ ਮਜ਼ਾ ਆਂਦਾ ਹੈ ਉਹਨਾਂ ਦੀ ਗੱਲ ਸੁਣ ਕੇ ਕਿਉਂ कि ਉਹਨਾਂ ਦੇ ਅੰਮੀ-ਅੱਬੂ ਦੋਵੇਂ 100% ਸਿੱਧੇ ਰਾਸਤੇ ਤੇ ਜਾ ਰਹੇ ਨੇ। ਕਾਰ ਦੇ ਵਿੱਚ ਨਮਾਜ਼ ਪੜ੍ਹਣੀ, ਕਾਰ 'ਚ ਮੁਸਕਰਾ ਕੇ ਬੋਲਣਾ, ਬੇਟਾ ਜੀ, ਬੇਟਾ ਜੀ ਕਰਕੇ ਬੋਲਣਾ, ਤੁਸੀਂ ਕਰਕੇ ਬੋਲਣਾ। ਛੋਟਿਆਂ ਬੱਚਿਆਂ ਨੂੰ ਤੁਸੀਂ ਕਰਕੇ ਬੋਲਿਆ ਕਰੋ। ਤੂੰ ਕਰਕੇ ਮੱਥੇ ਤੇ ਵੱਟ ਪਾ ਕੇ ਔਰ ਹੂੰ ਕਰਕੇ ਨਾ ਬੋਲਿਆ ਕਰੋ। ਤੁਸੀਂ ਬੇਟਾ ਜੀ ਤੁਸੀਂ ਸੁਣਾਓ ਠੀਕ ਠਾਕ ਉਹ ਬੇਟਾ ਜੀ ਇਹ ਥੋੜਾ ਜਿਹਾ ਵੈਸੇ ਅੱਛਾ ਤੇ ਨਹੀਂ ਬਾਕੀ ਜਿਸ ਤਰ੍ਹਾਂ ਬੇਟਾ ਜੀ ਤੁਸੀਂ ਸਹੀ ਸਮਝੋ ਜ਼ਰਾ ਸਾਡਾ ਕਲਚਰ ਐਂਜ ਦਾ ਬਾਕੀ ਬੇਟਾ ਜੀ ਇੰਜ ਕਰਕੇ ਵੇਖੋ ਤੇ ਸਹੀ ਬੱਚਾ ਜਨਾਬ ਤੁਹਾਨੂੰ ਮੋਢਿਆਂ ਤੇ ਬਾਲ ਲੇਗਾ ਇਹ ਬੱਚੇ ਸਾਡੀ ਮਿੱਟੀ ਹੈ ਸਾਡਾ ਖੂਨ ਦੌੜਦਾ ਹੈ ਇਹਨਾਂ ਦੇ ਵਿੱਚ ਇਹ ਤਮਾਸ਼ੀਬੀ ਨਹੀਂ ਹੈ ਵੀ ਬੱਚਿਆਂ ਨੂੰ ਸੰਭਾਲਦਾ ਤਰੀਕਾ ਥੋੜਾ ਵੇਖੋ ਆਪਣੀ ਸਬਰ برداشت ਪੈਦਾ ਕਰੋ ਮੇਰੇ ਭਾਈਓ ਤੇ ਮੈਂ ਗੱਲ ਪਿਆ ਕਰਦਾ ਸੀ ਕਿ ਐਸੀਆਂ ਐਸੀਆਂ ਫੈਮਲੀਆਂ ਨੇ ਮਾਸ਼ਾਅੱਲਾ ਅਜੇ ਵੀ ਹੈ ਸ਼ਾਇਦ ਸਟੂਡੈਂਟ ਵੀ ਬੈਠੇ ਨਾ ਵਿੱਚ ਵੀ ਮਾਸ਼ਾਅੱਲਾ ਬੜੇ ਨਾਈਸ ਨੇ ਇਹ ਪੜਨ ਪੜਾਣ ਵਾਲੇ ਨੇ ਮੀਡੀਆ ਤੇ ਦੋਸਤ ਸੁਣ ਰਹੇ ਨੇ ਪੈਣਾ ਪ੍ਰਾਤਿਆ ਪੁੱਤਰ ਬੜੇ ਬੜੇ ਨਾਈਸ ਮਾਸ਼ਾਅੱਲਾ ਬੈਠੇ ਨੇ ਕਿਉਂ ਇਹਨਾਂ ਦੇ ਘਰ 'ਚ ਇੱਕ ਮਾਹੌਲ ਏ ਤੇ ਇੰਜ ਨਹੀਂ ਹੁੰਦਾ ਮੇਰੇ ਭਾਈ ਕਿ ਤੂੰ ਸਾਰਾ ਦਿਨ ਕਦੀ ਘਰ 'ਚ ਵਿੱਚ ਨਮਾਜ਼ ਪੜ ਕੇ ਤੂੰ ਵਿਖਾਈ ਨਹੀਂ ਘਰ ਦੇ ਵਿੱਚ ਮੇਰਾ ਮਤਲਬ ਏ ਤੂੰ ਬੱਚਿਆਂ ਨਾਲ ਆ ਸਕੇ ਮੁਸਕਰਾ ਕੇ ਅچھے ਤਰੀਕੇ ਨਾਲ ਡੀਲ ਨਹੀਂ ਕੀਤਾ ਕੋਈ ਇਸਲਾਮੀ ਪ੍ਰੋਗਰਾਮ ਜੇ ਸਾਡੇ ਸਿੱਖ ਭਾਈ ਨੇ ਤੇ ਆਪਣਾ ਮਤਲਬ ਧਰਮ ਵਾਲੇ ਪ੍ਰੋਗਰਾਮ ਤੂੰ ਸੁਣੇ ਸਾਰਾ ਦਿਨ ਅچھے ਤਰੀਕੇ ਦੇ ਨਾਲ ਜਿਵੇਂ ਰੱਬ ਰਸੂਲ ਫਰਮਾਂਦੇ ਨੇ ਯਾ ਜਿਹੜੇ ਸਾਡੇ ਸਿੱਖ ਧਰਮ ਵਾਲੇ ਨੇ ਜਿਵੇਂ ਗੁਰੂ ਸਾਹਿਬ ਫਰਮਾਉਂਦੇ ਨੇ ਤੂੰ ਸਾਰੇ ਮਾਮਲੇ ਇਸ ਤਰੀਕੇ ਦੇ ਨਾਲ ਕਰੇ ਔਰ ਲੇਕਨ ਪ੍ਰੋਬਲਮ ਪਤਾ ਕੀ ਹੈ ਮੇਰੇ ਭਾਈਓ ਮੈਂ ਨਮਾਜ਼ ਪੜ ਲਵਾਨਾ ਤੇ ਸੋਟਾ ਫਿਰ ਮੇਰੇ ਹੱਥ 'ਚ ਵੀ ਹੁੰਦਾ ਤੇ ਮੇਰੇ ਦਿਮਾਗ 'ਚ ਵੀ ਹੁੰਦਾ ਮੇਰੇ ਦਿਲ 'ਚ ਵੀ ਹੁੰਦਾ ਕਿ ਭਾਈ ਮੈਂ ਪੜੀਏ ਤੇ ਉਹਨੇ ਫਲਾਣੇ ਨੇ ਕਿਉਂ ਨਹੀਂ ਪੜੀ ਫਲਾਣੇ ਢੀਂਗੇ ਨੇ ਮੈਂ ਤੇ ਲੰਮਿਆਂ ਪਾ ਲਾਂਗਾ ਇਹਨੇ ਨਹੀਂ ਪੜੀ ਇਸ ਨਮਾਜ਼ ਦਾ ਮੇਰੇ ਭਾਈ ਕੋਈ ਫਾਇਦਾ ਨਹੀਂ ਇਸ ਨਮਾਜ਼ ਤੋਂ ਇਹਨੇ ਛੇੜੋ ਜਾਣੀ ਇਸ ਬੱਚੇ ਨੂੰ ਇਹਨੇ ਕਿਹਾ ਮਾਮਾ ਮੀਆਂ ਸਾਡੇ ਘਰ ਨਮਾਜ਼ ਕਿੱਧਰ ਵੜ ਆਈਏ ਐਸ ਨਮਾਜ਼ ਦਾ ਨਹੀਂ ਫਾਇਦਾ ਤੂੰ ਨਮਾਜ਼ ਪੜ੍ਹ ਕੇ ਤੇ ਸੋਟਾ ਚੁੱਕ ਲੈਣਾ ਤੇ ਨਿਕਿਆਂ ਦੇ ਮਗਰ ਹੋ ਜਾਣਾ ਪਿਆਰ ਦੇ ਨਾਲ ਨਮਾਜ਼ ਪੜ੍ਹ ਕੇ ਸਲਾਮ ਫੇਰੇ ਤੇ ਐਨ ਇਤਨਾ ਹੁਸਨੇ ਸਲੂਕ ਦੇ ਨਾਲ ਮਿਠਾਸ ਦੇ ਨਾਲ ਬੋਲੇ ਕਿ ਘਰ ਦੇ ਬੱਚੇ ਵੀ ਕਹਿਣ ਯਾਰ ਨਮਾਜ਼ ਬਿਊਟੀਫੁਲ ਚੀਜ਼ ਹੈ ਨਮਾਜ਼ ਦੇ ਨਾਲ ਸਾਡੇ ਪਪਾ ਨਮਾਜ਼ ਪੜ੍ਹਦੇ ਨੇ ਇਤਨੇ ਮਿੱਠੇ ਨੇ ਕਿ ਮਾਸ਼ਾ ਅੱਲਾ ਇਹਨਾਂ ਦੇ ਲਫ਼ਜ਼ ਲਫ਼ਜ਼ ਇਹਨਾਂ ਦੀ ਚਾਲ ਕਦਮ ਕਦਮ ਵਿੱਚ ਔਰ ਹਰ ਬੋਲਣ ਦੇ ਵਿੱਚ ਮਿਠਾਸ ਹੀ ਮਿਠਾਸ ਔਰ ਮੁਹੱਬਤ ਔਰ ਖੁਸ਼ਬੂਆਂ ਨੇ ਠੀਕ ਹੈ ਨਾ ਇਸਲਾਮ ਤੇ ਮਾਸ਼ਾਅੱਲਾ ਇਤਨੀ ਪਿਆਰਾ ਲਿਬਾਸ ਹੈ ਇਤਨੀ ਪਿਆਰੀ ਜ਼ਿੰਦਗੀ ਹੈਗੀ ਹੈ ਕਿ ਉਹ ਸਿਰਫ ਨਮਾਜ਼ ਦੀ ਗੱਲ ਕਰਦਾ ਹੀ ਨਹੀਂ ਤੇ ਬਾਕੀ ਵੈਸੇ ਵੀ ਇੱਕ ਅੱਛਾ ਇਨਸਾਨ ਹੈ ਕਿਸੇ ਵੀ ਧਰਮ ਦਾ ਵੀ ਦਾ ਮੈਂ ਸਿਰਫ ਇਸਲਾਮ ਦੀ ਨਹੀਂ ਗੱਲ ਕਰਦਾ ਹਰ ਧਰਮ ਹੀ ਰੱਬ ਦਾ ਰਸਤਾ ਦੱਸਦਾ ਪਿਆ ਤੇ ਆਪਣੇ ਧਰਮ ਤੇ ਬਾਈ ਅਮਲ ਕਰੋ ਬੱਚਿਆਂ ਨੂੰ ਨਾ ਤਰਾਵੋ ਬੱਚਿਆਂ ਨੂੰ ਗੁੱਸਾ ਨਾ ਕਰੋ ਔਰ ਗੱਲ ਹੋ ਰਹੀ ਸੀ ਟਿਕਟਾਕ ਦੀ ਟਿਕਟਾਕ ਤੇ ਬੈਠੇ ਨੇ ਉਹ ਜਨਾਬ ਨੰਗੇ ਪਤੰਗੇ ਆ ਰਹੇ ਨੇ ਚੌਧਰੀ ਸਾਹਿਬ ਜਨਾਬ ਮੋਬਾਈਲ ਤੇ ਲੱਗੇ ਨੇ ਔਰ ਹਾ 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 ਮਚਾਓ ਤੂੰ ਕਾਦਾ ਮੁਸਲਮਾਨ ਹੈ ਤੂੰ ਕਾਦਾ ਸਿੱਖ ਹੈ ਭਾਈ ਤੂੰ ਕਾਦਾ Hindu ਹੈ ਤੂੰ ਹਰ ਇੱਕ ਨੂੰ ਪਰਮਿਸ਼ਨ ਦੇਈ ਜਾ ਰਹੇ ਆ ਕਿ ਤੇਰੇ ਸਾਹਮਣੇ ਉਹ ਆਵੇ ਔਰ ਤੇਰੇ ਸਾਹਮਣੇ ਨੱਚੇ ਔਰ ਕੱਪੜੇ ਪੂਰੇ ਨਾ ਪਾਏ ਤੇ ਕੱਲ ਨੂੰ ਨਿੱਕਾ ਪੁੱਤਰ ਧੀ ਪੁੱਤਰ ਜਿਸ ਵੇ ਕਰੇ ਤੇ ਤੂੰ ਕਵੇਂ ਲੱਤਾ ਭੰਦਿਆਂਗਾ ਮੈਂ ਇਨਸਾਫ ਕਾਇਮ ਕਰੋ ਫਿਰ ਆਪਣੇ ਆਪ ਨੂੰ ਵੀ ਰੋਕੋ ਜੁਰਤ ਪੈਦਾ ਕਰੋ ਨਾ ਬੱਚੇ ਨੂੰ ਜਿਸ ਟਾਈਮ ਬੱਚਾ ਹਰਕਤ ਕਰਦਾ ਹੈ ਤੇ ਤੇਰੇ ਕੋ ਸਬਰ ਨਹੀਂ ਹੁੰਦਾ ਉਸ ਵੇ ਤੇਰੀ ਗੈਰਤ ਉੱਠ ਖਲੋਂਦੀ ਹੈ ਔਰ ਤੂੰ ਸੋਟਾ ਫੜ ਲੈਣਾ ਜਾਂ ਤੂੰ ਛੁਰੀ ਫੜ ਲੈਣਾ ਤੇ ਜਿਸ ਵਕਤ ਆਪੇ ਤੇਰੇ ਸਾਹਮਣੇ ਆ ਗਿਆ ਨੰਗਾ ਪਤੰਗਾ ਨੱਚਦਾ ਪਿਆ ਉਸ ਵਕਤ ਵੀ ਤੇਰੀ ਗੈਰਤ ਉੱਠੇ ਨਾ ਤੇਰੀ ਗੈਰਤ ਆਖੇ ਨਾ ਕਿ ਮੈਂ ਮੇਰੀ ਨਜ਼ਰ ਐਸ ਚੀਜ਼ ਨਹੀਂ ਦੇਖੇਗੀ ਉੱਠੇ ਨਾ ਤੇਰੀ ਗੈਰਤ ਤੇਰਾ ਤੇਰੇ ਅੰਦਰ ਜਿਹੜੀ ਬਰਦਾਸ਼ਤ ਤੇ ਸਬਰ ਰੱਖਿਆ ਰੱਬ ਨੇ ਉਹ ਆਖੇ ਨਾ ਕਿ ਮੈਂ ਨਹੀਂ ਇਹ ਵੇਖਾਂਗਾ ਇਹ ਚੀਜ਼ ਮੇਰੇ ਲਾਇਕ ਨਹੀਂ ਹੈ ਹਰ ਬੰਦੇ ਨਾਲ ਸलाम ਤੂੰ ਲਈ ਜਾਏਗਾ ਜਿਹੜਾ ਹੁਣ ਮੈਂ ਇੱਥੇ ਖਲੋਤੇ ਹਾਂ ਜੀ ਇੱਕ ਲੈਣ ਹੈਗੀ ਏ ਉਸ ਲੈਣ ਦੇ ਵਿੱਚ ਚੋਰ ਵੀ ਠੱਗ ਵੀ ਨੇਕ ਆਦਮੀ ਭਲਾ ਮਾਨਸ ਚੰਗਾ ਤਮਾਸ਼ੀਬੀਨ ਔਰ ਹਰ ਕਿਸਮ ਦੇ ਬੰਦੇ ਨਾਲ ਮੈਂ ਸलाम ਲੈ ਕੇ ਤੇ ਆਖਦਾ ਆਓ ਜੀ ਬਬੋ ਜੀ ਤੁਸੀਂ ਮੇਰੇ ਦੋਸਤ ਹੋ ਤੇ ਅਸੀਂ ਇਕੱਠਿਆਂ ਗੱਪ ਲਾਈਏ ਤੇ ਪ੍ਰੋਗਰਾਮ ਕਰੀਏ ਨਹੀਂ ਤੇਰੀ ਇੱਕ ਪਰਸਨੈਲਿਟੀ ਹੈ ਤੇਰੀ ਇੱਕ ਲਾਈਫ ਹੈ ਤੇਰਾ ਇੱਕ ਨਾਂ ਹੈ ਤੂੰ ਜ਼ਿੰਦਗੀ ਦੇ 32 ਸਾਲ گزارੇ ਨੇ ਜਾਂ 24 ਸਾਲ گزارੇ ਨੇ ਤੂੰ ਆਪਣੇ ਅੰਦਰ ਕੁਝ ਵੀ ਨਹੀਂ ਪਾਇਆ ਤੂੰ ਮਿਕਸ ਖਿਚੜੀ ਪਕਾਈ ਹੋਈ ਹੈ ਜੀ ਮਤਾਂ ਜਣਾ ਚਾਵਲ ਹੁੰਦਾ ਉਹ ਕੋਈ ਕਿਸੇ ਰੰਗ ਦਾ ਕੋਈ ਕਿਸੇ ਰੰਗ ਦਾ ਭਾਈ ਤੇਰੀ ਕੋ ਪਰਸਨੈਲਿਟੀ ਹੋਣੀ ਚਾਹੀਦੀ ਹੈ ਤੇਰਾ ਕੋਈ ਰੁਖ ਹੋਣਾ ਚਾਹੀਦਾ ਮੇਰਾ ਪਾਕਿਸਤਾਨੀ ਜਵਾਨ ਹੋਵੇ ਹੈ ਜੀ ਭੈਣ ਹੋਵੇ ਈਵਨ ਬੱਚੀਆਂ ਸਾਡੀਆਂ ਉਹ ਟਿਕਟਾਕ ਤੇ ਚੱਲਦੇ ਨੇ ਪਏ ਇਤਨੇ ਇਤਨੇ ਗੰਦੇ ਲੋਕ ਵਿਚਾਰੇ ਨੇ ਔਰ ਜਨਾਬ ਸਾਹਿਬ ਆਸਰੇ ਨੇ ਮੁਸਕਰਾ ਰਹੇ ਨੇ ਹਾ ਹਾ ਕਰ ਰਹੇ ਨੇ ਕੀ ਗੱਲ ਕਰੀਏ ਫਿਰ ਕਿਉਂ ਬੱਚਿਆਂ ਨੂੰ ਤੁਸੀਂ ਮਾਰਦੇ ਹੋ ਜੀ ਕਿਉਂ ਸੋਟੇ ਚੁਕਦੇ ਹੋ ਫਿਰ ਚੱਲਣ ਦੇ ਉਹ ਨਾ ਨਿਜ਼ਾਮ ਜੇ ਤੂੰ ਤੇਰੀ ਅੱਖ ਵਿੱਚ ਗੈਰਤ ਹੱਈਆ ਕੋਈ ਨਹੀਂ ਆਵੀ ਤੇ ਬੱਚੇ ਦੀ ਅੱਖ 'ਚ ਕਿਉਂ ਹੱਈਆ ਹੋਵੇ ਜੀ ਉਹ ਅਸਮਾਨਾਂ ਤੋਂ ਲੱਥਾ ਉਹ ਤੇਰਾ ਬੇਟਾ ਨਹੀਂ ਆਵੀ ਤੇਰੀ ਬੇਟੀ ਨਹੀਂ ਆਵੀ ਉਹ ਤੇਰਾ ਖੂਨ ਹੈਗਾ ਠੀਕ ਹੈ ਖੂਨ ਖੂਨ ਇੱਕੋ ਜਿਹਾ ਸੀ ਹੁੰਦੇ ਨੇ ਦੋ ਰੰਗੀ ਛੋੜ ਇੱਕ ਰੰਗ ਹੋ ਜਾ ਸਰਾਸਰ ਮੋਮ ਹੋ ਜਾ ਜਾਂ ਫਿਰ ਸੰਗ ਹੋ ਜਾ ਇੱਕ ਕੰਮ ਕਰ ਜਾਂ ਜਾਂ ਉਹ ਜੇ ਤਰਾ ਦਾ ਤੂੰ ਇਹ ਬੱਚਿਆਂ ਨੂੰ ਫਿਰ ਹੋਣ ਦੇ ਤੇ ਜਾਂ ਫਿਰ ਜੇ ਬੱਚੇ ਨਹੀਂ ਹੋਣਗੇ ਤੇ ਫਿਰ ਤੂੰ ਵੀ ਨਹੀਂ ਹੋਏਗਾ ਆਪਣੇ ਆਪ ਨੂੰ ਬਦਲੋ ਔਰ ਬਦਲਣ ਵਾਸਤੇ ਮੇਰੇ ਭਾਈਓ ਜ਼ਰੂਰੀ ਹੈ ਕਿ ਕਿਸੇ ਨਾ ਕਿਸੇ ਮਜਲਿਸ ਪ੍ਰੋਗਰਾਮ ਪ੍ਰੋਗਰਾਮ ਉਹਦੇ ਨਾਲ ਜੁੜੇ ਰਹੋ ਅਗਰ ਤੁਸੀਂ ਸਿੱਖ ਭਾਈਓ ਤੇ ਆਪਣੇ ਸਿੱਖ ਧਰਮ ਦੇ ਜਿਹੜੇ ਤੁਹਾਡੇ ਗੁਰਦੁਆਰਾ ਸਾਹਿਬ ਨੇ ਉੱਥੇ ਬਕਾਇਦਾ ਇੱਕ ਤਰਤੀਬ ਬਣਾਓ ਆਣ ਜਾਣ ਦੀ ਉਹਨਾਂ 'ਚ ਬੋ ਤਾਂ ਕਿ ਤੁਸੀਂ ਇਸ ਮਾਹੌਲ ਤੋਂ ਬਚੇ ਰਹੋ ਔਰ ਜਿਹੜੇ ਮੁਸਲਮਾਨ ਭਾਈ ਨੇ ਆਪਣੀਆਂ ਮਸਜਦਾਂ ਦੇ ਨਾਲ ਤਾਲੁਕ ਬਣਾਓ ਆਪਣੇ ਪ੍ਰੋਗਰਾਮ ਹੈ ਅੱਜਕੱਲ ਤੇ ਮੀਡੀਆ ਮੋਬਾਈਲ ਦੇ ਵਿੱਚ ਹਰ ਸ਼ੈ ਆ ਜਾਂਦੀ ਹੈ ਮਸਜਦ ਵੀ ਇਹਦੇ ਵਿੱਚ ਖੁੱਲ ਜਾਂਦੀ ਹੈ ਉਲਾਮਾ ਵੀ ਆ ਜਾਂਦੇ ਨੇ ਰਜ਼ਾਨਾ ਇੱਕ دینی ਪ੍ਰੋਗਰਾਮ ਸੁਣੋ ਬੱਚਿਆਂ ਨੂੰ ਨਾਲ ਬਿਠਾਓ ਬੱਚਿਆਂ ਨਾਲ ਗੁੱਸਾ ਨਾ ਕਰੋ ਸੋਟਾ ਨਾ ਚੁਕੋ ਮੈਂ ਖੁਦ ਬੱਚਿਆਂ ਨੂੰ ਪੜ੍ਹਾਉਣਾ ਪਿਆ ਇਹ ਤੁਸੀਂ ਮਾਸ਼ਾਅੱਲਾ ਚਲੋ ਮੇਰੇ ਸ਼ਾਗਿਰਦੋ ਬੱਚਿਆ ਹਣੀਓ ਨਾ ਮੇਰੇ ਕੁਝ ਮੇਰੇ ਤੋਂ ਵੱਡੀ ਉਮਰ ਦੇ ਨੇ ਮੈਂ ਇਸ ਮਿਠਾ ਮਿੱਠੇ ਅੰਦਾਜ਼ ਦੇ ਨਾਲ ਇਸ ਪੜ੍ਹਾਈ ਨੂੰ ਪੇਸ਼ ਕੀਤੀ ਹੈ ਚਾਰ ਚਾਰ ਜਮਾਤਾਂ ਪੜੇ ਜਿਹੜੇ ਸਾਰੀ ਜ਼ਿੰਦਗੀ ਮਾਸਟਰ ਦੀਆਂ ਅੱਖਾਂ ਵਿੱਚ ਰੜਕਦੇ ਸੀ ਉਹ ਇੱਥੇ 10-10 ਘੰਟੇ ਮੇਰੇ ਕੋਲ ਬਹਿ ਕੇ ਪੜਦੇ ਨੇ ਕੀ ਇਹ ਮੁਹੱਬਤ ਦੀ ਪੜਾਈ ਹੈ ਬੱਚਿਆਂ ਨੂੰ ਮੁਹੱਬਤ ਦੇ ਨਾਲ ਡੀਲ ਕਰੋ ਗੁੱਸੇ ਨਾ ਕਰੋ ਬੱਚਿਆਂ ਤੇ ਸੋਟੇ ਨਾ ਚੁਕੋ ਤੇ ਛੁਰੀਆਂ ਨਾ ਕਢੋ ਜਨਾਬ ਆਪਣੇ ਅੰਦਰ ਹੌਸਲਾ ਪੈਦਾ ਕਰੋ ਮਰਦਾਨਗੀ ਇਹ ਨਹੀਂ ਹੈ ਵੀ ਕਿ ਪਿਛਾੜ ਦੇਣਾ ਕਿਸੇ ਨੂੰ ਸਾਹਮਣੇ ਵਾਲੇ ਨੂੰ ਪਿਛਾੜ ਦੇਣਾ ਉਹਦੇ ਤੇ ਚੜ ਜਾਣਾ ਔਰ ਲਾਫਾ ਕਰ ਦੇਣੀ ਮਰਦਾਨਗੀ ਇਹ ਵੇ ਕਿ ਗੁੱਸਾ ਚੜੇ ਆ ਕਮ ਖਰਾਬ ਹੋ ਗਿਆ ਦਿਮਾਗ ਦਾ ਲੇਕਨ ਤੂੰ ਸਬਰ ਕਰਨਾ ਪਿਆ ਇਹ ਮਰਦਾਨਗੀ ਹੁੰਦੀ ਹੈ ਇਹ ਮਰਦਾਨਗੀ ਕਿਸੇ ਕਿਸੇ ਕੋਲ ਹੁੰਦੀ ਤੇ ਗੁਜ਼ਾਰਿਸ਼ ਇਹ ਕਰਨੇ ਵਾਲੀ ਹੈ ਮੇਰੇ ਭਾਈਓ ਪਾਕਿਸਤਾਨੀ ਭਾਈ ਇੰਡੀਅਨ ਭਾਈ ਸਾਰੇ ਸਾਡਾ ਖੂਨ ਦੇ ਵਿੱਚ ਮਾਸ਼ਾਅੱਲਾ ਗੈਰਤ ਬਹੁਤ ਜ਼ਿਆਦਾ ਹੈ ਸਭ ਤੋਂ ਪਹਿਲਾਂ ਗੈਰਤ ਅਪਲਾਈ ਕਰਨੀ ਹੈ ਮੈਂ ਆਪਣੇ ਉੱਤੇ ਤੂੰ ਆਪਣੇ ਉੱਤੇ ਫਿਰ ਬੱਚਿਆਂ ਨੂੰ ਵੇਖਾਂਗੇ ਬੱਚਿਆਂ ਨੂੰ ਪੋਲਾਈਟ ਤਰੀਕੇ ਨਾਲ ਨਰਮੀ ਦੇ ਨਾਲ ਪਿਆਰ ਦੇ ਨਾਲ ਸਮਝਾਓ ਆਖੋ ਫਿਰ ਕੁਛ ਨਹੀਂ ਹੁੰਦਾ ਉਹ ਨੋ ਪ੍ਰੋਬਲਮ ਅਗਰ ਉਹ ਬਾਹਰ ਜਾਂਦੇ ਨੇ ਜਾਂ ਕੋਈ ਗਲਤ ਹੋ ਗਿਆ ਹੈ ਜਾਂ ਉਹਦੀ ਕਿਸੇ ਨਾ ਬੱਚੇ ਦੀ ਦੋਸਤੀ ਹੋ ਗਈ ਹੈ ਕੁੜੀ ਦੀ ਮੁੜੇ ਨਾਲ ਹੋ ਗਈ ਹੈ ਮੁੜੇ ਦੀ ਕੁੜੀ ਨਾਲ ਹੋ ਗਈ ਹੈ ਪਿਆਰ ਮੁਹੱਬਤ ਦੇ ਨਾਲ ਡੀਲ ਕਰੋ ਉਹ ਖੈਰ ਹੈ ਯਾਰ ਉਹਦੇ ਉਹ ਤੁਹਾਡੇ ਗੱਲ ਚ ਫੰਦਾ ਨਹੀਂ ਪਾਇਆ ਜਾਏਗਾ ਆਈ نو ਕਿ ਇਹ ਗੈਰਤ ਦਾ ਮਸਲਾ ਹੈਗਾ ਨਹੀਂ ਬਰਦਾਸ਼ਤ ਹੁੰਦੀ ਬੰਦੇ ਕੋਲ ਨੂੰ ਲੇਕਿਨ ਬਾਈ ਫਿਰ ਤੇਰੀ ਮਰਦਾਨਗੀ ਇਥੇ ਮਰਦਾਨਗੀ ਦਾ ਫਿਰ ਮੈਦਾਨ ਲੱਗ ਗਿਆ ਨਾ ਤੇਰੀ ਦਾ ਕਿ ਤੂੰ ਹੁਣ ਬਰਦਾਸ਼ਤ ਕਰਨਾ ਇਸ ਕੰਮ ਨੂੰ ਆਸਤਾ ਆਸਤਾ ਪਿਆਰ ਮੁਹੱਬਤ ਦੇ ਨਾਲ ਬੱਚਿਆਂ ਨੂੰ ਆਸਤਾ ਆਸਤਾ ਲੈ ਆ ਉਹ ਜਾਣਗੇ ਮੰਨ ਜਾਣਗੇ ਤੇਰੀ ਠੀਕ ਹੈ ਹੁਣ ਇੱਕ ਯੰਗ ਮੈਨ ਲੜਕਾ ਲੈ ਕੇ ਕੁੜੀ ਨੂੰ ਬੈਠਿਆ ਹੋਇਆ ਬਿਲਡਿੰਗ ਦੇ ਵਿੱਚ ਸੀੜੀਆਂ ਨਹੀਂ ਜਿੱਥੇ ਹੁੰਦੀਆਂ ਬਿਲਡਿੰਗ ਦੇ ਵਿੱਚ ਚਲਦੇ ਹੋ ਤੇ ਪਤਾ ਸੀੜੀਆਂ ਸ਼ੁਰੂ ਹੋ ਜਾਂਦੀਆਂ ਨੇ ਚੌਥੀ ਤੀਸਰੀ ਮੰਜ਼ਲ ਤੇ ਉਹਦਾ ਘਰ ਸੀ ਔਰ ਘਰ ਦੇ ਦਰਵਾਜ਼ੇ ਦੇ ਕੋਲ ਸੀੜੀਆਂ ਦੇ ਉੱਤੇ ਮੁੜਾ ਬੈਠਿਆ ਠੀਕ ਹੈ ਔਰ ਉਹਨੇ ਨਾਲ ਕੋ ਗੋਰੀ ਬਿਠਾਈ ਹੈ ਦੋਵੇਂ ਬੈਠੇ ਨੇ ਉਹਦਾ ਅਬੂ ਜੀ ਆਏ ਨੇ ਪਪਾ ਆਏ ਨੇ ਤੇ ਉਹਨਾਂ ਆ ਕੇ ਵੇਖਿਆ ਤੇ ਪਪਾ ਨੇ ਨਾ ਬੜੀ ਟੈਨਸ਼ਨ ਹੋਈ ਕਿ ਯਾਰ ਬੱਚਾ ਅੱਜ ਕੀ ਕਰਦਾ ਪਿਆ ਸੀੜੀਆਂ ਤੇ ਬੈਠੇ ਆ ਕੁੜੀ ਨੂੰ ਭਾਇਆ ਸੁ ਨਾਲ ਪਪਾ ਅੰਦਰ ਟੁਰ ਗਏ ਅੱਛਾ ਕੋਈ ਨਹੀਂ ਕਿਹਾ ਸਲਾਮ ਕਰਕੇ ਅੰਦਰ ਟੁਰ ਗਏ ਦੂਸਰੇ ਦਿਨ ਪਪਾ ਨੇ ਬੜਾ ਸੋਚ ਸੋਚੀ ਉਹਨੇ ਕਿਹਾ ਯਾਰ ਮੈਂ ਕਿਸ ਤਰੀਕੇ ਨਾ ਬੱਚੇ ਨੂੰ ਸਮਝਾਵਾਂ ਸੋਟਾ ਨਹੀਂ ਮੈਂ ਚੁਕਣਾ ਪਪਾ ਨੇ ਦੂਸਰੇ ਦਿਨ ਨਾ ਦੂਸਰੇ ਜਾਂ ਤੀਸਰੇ ਦਿਨ ਜੇ ਦੁਬਾਰਾ ਮਾਮਲਾ ਹੋਇਆ ਉਹਨੇ ਕਿਹਾ ਪੁੱਤਰ ਥੋੜਾ ਜਿਹਾ ਟਾਈਮ ਹੈ ਮੈਂ ਗੱਲ ਕਰਨੀ ਹੈ ਜੀ ਪਪਾ ਕਰੋ ਤੇ ਜਿਸ ਵੇ ਮੌਕਾ ਉਹਨਾਂ ਲੱਗਾ ਉਹਨੇ ਕਿਹਾ ਪੁੱਤਰ ਤੂੰ ਬੈਠੇ ਆਂ ਕੁੜੀ ਦੇ ਨਾਲ ਠੀਕ ਹੈ ਮੈਂ ਚੁੱਪ ਕਰ ਰਿਹਾ ਪਿੱਛੇ ਤੇਰੀ ਭੈਣ ਵੀ ਆਉਂਦੀ ਏ ਸਕੂਲੋਂ ਜਿਸ ਵੇ ਉਹ ਵੇਖੇਗੀ ਤੰਨੂੰ ਕੁੜੀ ਦੇ ਨਾਲ ਬੈਠੇ ਆਂ ਤੇ ਦੱਸ ਕੀ ਤਾਸਰ ਲੇਗੀ ਕੀ ਅਸਰات ਲੇਗੀ ਉਹਨੇ ਕਿਹਾ ਪਪਾ ਅੱਜ ਤੂੰ ਬਾਤ ਨਹੀਂ ਵੇਖੋਗੇ ਵੇਖੋ ਨਾ ਕਿੱਸਾ ਉਹਨੇ ਸਮਝਾਇਆ ਅچھے ਤਰੀਕੇ ਦੇ ਨਾਲ ਤੇ ਭਾਈ ਥੋੜਾ ਜਿਹਾ ਸਬਰ ਦਾ ਮਾਮਲਾ ਫਿਰ ਕਰਨਾ ਹੈ ਅچھے ਤਰੀਕੇ ਨਾਲ ਸਮਝਾ ਲੈਣਾ ਹੈ ਔਰ ਇਸ ਗੱਲ ਤੋਂ ਨਾ ਡਰੋ ਕਿ ਮੈਂ ਬੱਚੇ ਇੱਥੇ ਨਹੀਂ ਲਿਆਵਣੇ ਮੈਂ ਸਾਰੀ ਜ਼ਿੰਦਗੀ ਇਕੱਲਾ ਇੱਥੇ ਜੇਲ੍ਹ ਕੱਟਣੀ ਹੈ ਕਿਉਂਕਿ ਬੱਚੇ ਖਰਾਬ ਹੋ ਜਾਣਗੇ ਨਹੀਂ ਖਰਾਬ ਹੁੰਦੇ ਮੇਰੇ ਭਾਈ ਤੂੰ ਠੀਕ ਹੋ ਆਪਣੀ ਨਜ਼ਰ ਚ ਵੀ ਹਇਆ ਪੈਦਾ ਕਰ ਆਪਣੇ ਅਮਲ ਨੂੰ ਵੀ ਸਹੀ ਕਰ ਬੱਚੇ ਨਹੀਂ ਖਰਾਬ ਹੁੰਦੇ ਇਨਸ਼ਾਅੱਲਾ ਤੂੰ ਆਪਣੇ ਘਰ ਨੂੰ ਇਸ ਤਰ੍ਹਾਂ ਖੂਬਸੂਰਤ ਬਣਾ ਦੇ ਕਿ ਤੇਰਾ ਘਰ ਮਸਜਿਦ ਮਸਜਿਦ ਬਣ ਜਾਏ ਅੱਲਾ ਅੱਲਾ ਦੇ ਰਸੂਲ ਦੀਆਂ ਮੁਹੱਬਤਾਂ ਦੀਆਂ ਆਵਾਜ਼ਾਂ ਵਿਚ ਕਾਰ ਦੇ ਵਿੱਚ ਆਵਾਜ਼ ਆਵਣ ਟੀਵੀ ਤੇ ਪ੍ਰੋਗਰਾਮ ਦੇ ਲਿਲਾਓ ਅچھے ਤਰੀਕੇ ਨਾਲ ਖੁਸ਼ ਹੋ ਕੇ ਆਸ ਕੇ ਬੱਚਿਆਂ ਨੂੰ ਡੀਲ ਕਰ ਬੱਚੇ ਤੈਨੂੰ ਸਿਰ ਤੇ ਬਹਾ ਲੈਣਗੇ ਬੱਚੇ ਤੇਰੇ ਤੇ ਜਾਨਵਾਰ ਦੇਣਗੇ ਪਪਾ ਬੱਚੇ ਆਖਣਗੇ ਪਪਾ ਤੁਸੀਂ ਕਹਿੰਦੇ ਹੋ ਇਹ ਗਲਤ ਮਲਤ ਅਸੀਂ ਤੇ ਮੇਰਾ ਮਤਲਬ ਹੈ ਤੁਸੀਂ ਆਖੋ ਤੇ ਇੱਕ ਲੱਤ ਤੇ ਖਲੋ ਰਹੀਏ ਸਾਡੇ ਬੱਚਿਆਂ ਜਿਹਾ ਪਾਕਿਸਤਾਨ ਔਰ ਇੰਡੀਆ ਇੱਕੋ ਹੀ ਮਿੱਟੀ ਹੈ ਖੁਦਾ ਜਾਣਦਾ ਮੈਂ ਗਲਤ ਨਹੀਂ ਕਹਿੰਦਾ ਇਹ ਮੇਰੇ ਨਾਲ ਟੀਮ ਬੈਠੀ ਹੈ ਮਤਲਬ 100 ਬੰਦਾ ਕਮ ਅਜ਼ ਕਮ ਸਾਡੇ ਬੱਚਿਆਂ ਜਿਹਾ ਤਿਆਂ ਪੁੱਤਰਾਂ ਜਿਹਾ ਕੋਈ ਬੱਚਾ ਕਿਸੇ ਮੁਲਕ ਦਾ ਆਪਣੇ ਮਾਂ ਪਿਓ ਦਾ ਚਾਹ ਮੁਹੱਬਤ ਅਹਿਸਾਸ ਕੁੜਨ ਨਹੀਂ ਹੈ ਜਿੰਨੀ ਸਾਡਿਆਂ ਬੱਚਿਆਂ 'ਚ ਜੀ ਮੈਂ ਦੇਖਿਆ ਇਹ ਮਾਸ਼ਾਅੱਲਾ ਇਹ ਜਿਹੜੇ ਨੌਜਵਾਨ ਬੈਠੇ ਨੇ ਇਹ ਆਪਣੀਆਂ ਮਾਵਾਂ ਨੂੰ ਤੇ ਆਪਣੇ ਬਾਪ ਨੂੰ ਆਪਣੀਆਂ ਅੱਖਾਂ 'ਚ ਬਿ사 ਕੇ ਆਪਣੇ ਦਿਲ ਤੇ ਵਿੱਚ ਦਿਮਾਗ ਦੇ ਵਿੱਚ ਬਿਠਾ ਕੇ ਤੇ ਮਜ਼ਦੂਰੀਆਂ ਤੇ ਜਾਂਦੇ ਨੇ ਔਰ ਜਨਾਬੇ ਵਾਲਾ ਪੜਾਈਆਂ ਕਰਦੇ ਨੇ ਔਰ ਸਾਰੇ ਵਕਤ ਸਹਿੰਦੇ ਨੇ ਪਏ ਆਪਣੇ ਮਾਪੇ ਦੀ ਮੁਹੱਬਤ ਵਿੱਚ ਤੇ ਸਾਡੀ ਮਿੱਟੀ 'ਚ ਤੇ ਮੁਹੱਬਤ ਹੀ ਬੜੀ ਹੈ ਉਲਾਮਾ ਸਾਹਿਬ ਨੇ فرمایا ਜਰਾ ਨਮ ਹੋ ਤੋ ਇਹ ਮਿੱਟੀ ਬੜੀ ਜ਼ਰਖੇਜ਼ ਹੈ ਸਾਕੀ ਤੇ ਥੋੜੀ ਜਿਨੀ ਜ਼ਰੂਰਤ ਹੈ ਮੁਹੱਬਤ ਦੇ ਨਾਲ ਪਿਆਰ ਦੇ ਤਰੀਕੇ ਦੇ ਨਾਲ ਥੋੜਾ ਜਿਹਾ ਡੀਲ ਕਰਨ ਦੀ ਸਾਡੀ ਮਿੱਟੀ ਵਿੱਚ ਤੇ ਪਿਆਰ ਹੀ ਬੜਾ ਕਦੀ ਥੋੜਾ ਜਿਹਾ ਕੁਰੇਦ ਕੇ ਤੇ ਵੇਖੋ ਇਹ ਮਿੱਟੀ ਹੈ ਇਹ ਮਤਲਬ ਬਚਪਨ ਦੇ ਵਿੱਚ ਨਹੀਂ ਸੀ ਪੜੇ ਲੇਕਿਨ ਇਹਨਾਂ ਨੇ ਦੇਖਿਆ ਕਿ ਜ਼ਰੂਰਤ ਹੈ ਮਜਬੂਰੀ ਹੈ ਔਰ ਇਹਨਾਂ ਨੂੰ ਅੱਛੇ ਟੀਚਰ ਮਿਲੇ ਐ ਇਟਾਲੀਅਨ ਕਿਤਾਬ ਐ ਇੰਗਲਿਸ਼ ਕਿਤਾਬ ਵੀ ਨਹੀਂ ਪੜਨ ਵਾਲੇ ਜਵਾਨ ਹੈ ਨਾ ਇੰਗਲਿਸ਼ ਕਿਤਾਬ ਐਡੀ ਮੋਟੀ ਇਹਨਾਂ ਦੇ ਸਾਹਮਣੇ ਰੱਖੋ ਆਖਣਗੇ ਨਹੀਂ ਸਾਡੇ ਕੋ ਪੜਨ ਆਉਂਦੀ ਇਟਾਲੀਅਨ ਇੰਗਲਿਸ਼ ਤੋਂ ਵੀ ਇੱਕ ਨਵਾਂ ਕੋਰਸ ਆਇਆ ਹੈਗਾ ਨਵੀਂ ਚੀਜ਼ ਹੈ ਲੇਕਿਨ ਦੇਖਿਆ ਇਹਨਾਂ ਨੇ ਮਜਬੂਰੀ ਹੈ ਤੇ ਨਾਰਾ ਮਾਰ ਕੇ ਨੇ ਕਰ ਗਏ ਨੇ ਐ ਰੋਜ਼ ਦੇ ਮਤਲਬ ਕਈ ਸੋ ਪਾਸ ਹੋ ਰਹੇ ਨਾ মিডিਆ ਦੇਖਦੇ ਕੁਝ ਸਾਡੇ ਰਾਈ ਕੁਝ ਕਿਸੇ ਔਰ ਦੇ ਰਾਈ ਕਰਦੇ ਨੇ ਫੇ ਤੜਾ ਤੜ ਕਰਦੇ ਨੇ ਫੇ ਔਰ ਆਪਣਾ ਮਿਹਨਤ ਹੈ ਤੇ ਕਰ ਦੇਣਾ ਫੇ ਠੀਕ ਹੈ ਤੇ ਇਤਨੀ ਜ਼ਿਆਦਾ ਮਿਹਨਤ ਵੀ ਕਰਨਾ ਫਿਰ ਆਪਣੇ ਟਾਈਮ ਨੂੰ ਬਚਾਣਾ ਔਰ ਆਪਣੀਆਂ ਮਜ਼ਦੂਰੀਆਂ ਕਰਨੀਆਂ ਇਮਾਨਦਾਰੀ ਦੇ ਨਾਲ ਆਪਣੇ ਟਾਈਮ ਨੂੰ ਅੱਛੀ ਤਰ੍ਹਾਂ ਜਗ੍ਹਾ ਤੇ ਯੂਜ਼ ਕਰਨਾ ਤੇ ਸਾਡੀ ਮਿੱਟੀ ਤੇ ਮਾਸ਼ਾਅੱਲਾ ਬੱਲੇ ਬੱਲੇ ਵੇ ਠੀਕ ਹੈ ਨਾ ਥੋੜਾ ਜਿਹਾ ਮਾਹੌਲ ਪੈਦਾ ਕਰਾਂਗੇ ਇਨਸ਼ਾਅੱਲਾ ਸਭ ਠੀਕ ਹੋ ਜਾਏਗਾ ਆਪਣੀ ਗੈਰਤ ਨੂੰ ਇੱਕ ਲਿਮਟ ਦੇਾਂਗੇ ਆਪਣੀ ਗੈਰਤ ਨੂੰ ਆਪਣੇ ਅੰਦ ਕਾਬੂ ਚ ਰੱਖਾਂਗੇ ਠੀਕ ਹੈ ਨਾ ਇਹ ਗੈਰਤ ਨਹੀਂ ਹੈ ਵੀ ਕਿ ਧੀਆਂ ਪੁੱਤਾਂ ਵਾਸਤੇ ਡੰਡੇ ਕੱਢ ਲਓ ਤੇ ਛੁਰੀਆਂ ਕੱਢ ਲਵੋ ਨਹੀਂ ਇੱਕ ਲਿਮਿਟ ਚ ਰੱਖਾਂਗੇ ਔਰ ਗੈਰਤ ਨੂੰ ਵੀ ਅੱਛੇ ਤਰੀਕੇ ਦੇ ਨਾਲ ਗੈਰਤ ਨੂੰ ਡੀਲ ਕਰਨਾ ਉਹਦਾ ਮਜ਼ਾਹਿਰਾ ਕਰਨਾ ਇਹ ਮਰਦਾਨਗੀ ਤੇ ਇਹ ਜਹਾਦ ਹੈ ਤੇ ਇਹ ਹੀ ਬਹਾਦਰੀ ਹੈ ਠੀਕ ਹੈ ਨਰਮ ਜੁੜ ਜਾਣਾ ਔਰ ਬੱਚਿਆਂ ਤੇ ਚੜ ਜਾਣਾ ਔਰ ਬੱਚਿਆਂ ਨੂੰ ਲਮਿਆਂ ਪਾ ਲੈਣਾ ਤੇ ਇੰਜ ਨਹੀਂ ਕਰਨਾ ਇਹ ਪੱਕਿਆ ਫਲ ਹੈ ਇਹ ਪੱਕਿਆ ਫਲ ਕੋਈ ਬੰਦਾ ਜ਼ਾਇਆ ਨਹੀਂ ਕਰਦਾ ਤਿਆਂ ਪੁੱਤਰ ਵੱਡੇ ਹੋ ਜਾਣ ਤੇ ਪੱਕਿਆ ਫਾਲੇ ਇਨਸ਼ਾਅੱਲਾ ਇਹਨਾਂ ਨੇ ਤੁਹਾਡੀ ਡਿਊਟੀ ਦੇਣੀ ਹੈ ਇਹਨਾਂ ਨੇ ਕਵਰਾਂ ਤੇ ਵੀ ਜਾ ਕੇ ਹੱਥ ਚੁੱਕਣੇ ਨੇ ਇਨਸ਼ਾਅੱਲਾ ਠੀਕ ਹੈ ਨਾ ਤੇ ਪੱਕਿਆ ਫਲ ਜ਼ਾਇਆ ਨਹੀਂ ਕਰੀਦਾ ਇੱਥੇ ਇਟਲੀ ਆ ਗਏ ਨੇ ਮਾਸ਼ਾਅੱਲਾ ਤੁਸੀਂ ਦੇਖੋ ਤਾਂ ਸਹੀ ਤੁਹਾਡੇ ਬੁਢਾਪੇ ਛੱਡ ਕੇ ਅਗੂ ਤੁਹਾਡੇ ਮਤਲਬ ਇਨਸ਼ਾਅੱਲਾ ਤੁਹਾਨੂੰ ਕਲਿਆ ਨਹੀਂ ਕਰਨ ਵਾਲਿਆ ਠੀਕ ਹੈ ਅੱਲਾਹ ਤਾਲਾ ਦਾ ਬੜਾ ਫਜ਼ਲ ਹੈ ਔਰ ਸਾਡੇ ਕੋਲ ਉਲਾਮਾ ਮੌਜੂਦ ਨੇ ਸਾਡੇ ਕੋਲ ਨੇਕ ਲੋਕ ਮੌਜੂਦ ਨੇ ਮੁਫਤੀ ਅੱਲਾ ਵਾਲੇ ਮੌਜੂਦ ਨੇ ਇਸਲਾਹ ਤਰਬੀਅਤ ਆਮ ਹੈ ਅੱਲਾ ਦਾ ਬੜਾ ਸ਼ੁਕਰ ਹੈ ਦੇਖੋ ਨਾ ਇਸ ਗੱਲ ਦੀ ਖੁਸ਼ੀ ਨਹੀਂ ਹੁੰਦੀ ਸਾਡੇ ਨਾਲ ਦੋ ਕਮਿਊਨਿਟੀਆਂ ਬੈਠੀਆਂ ਨੇ ਤਰੇ ਬਲਕੇ ਸਿੱਖ ਤੇ ਭਾਈ ਭੈਣ ਹਿੰਦੂ ਭਾਈ ਭੈਣ ਹੋਰ ਮੁਸਲਿਮ ਭਾਈ ਭੈਣ ਇਹਨਾਂ ਤਿੰਨਾਂ ਕਮਿਊਨਿਟੀਆਂ ਦੇ ਉlema ਜਿਹੜੇ ਨੇ ਅੱਲਾ ਵਾਲੇ ਗੁਰੂ ਨੇਕ ਲੋਕ ਉਹ ਡਿਊਟੀਆਂ ਆਪਣੀਆਂ ਤੇ ਖਲੋਤੇ ਨੇ ਐਂ ਜੀ ਐਂ ਜਿਵੇਂ ਚੌਕੀਦਾਰ ਨੇ ਡੰਡਾ ਫੜ ਕੇ ਖਲੋਤੇ ਹੁੰਦਾ ਡਿਊਟੀਆਂ ਤੇ ਖਲੋਤੇ ਨੇ ਠੀਕ ਹੈ ਹੁਣ ਮਾੜੀ ਗੱਲ ਵਿੱਚ ਇਹ ਕਰਨ ਲਗਾ ਇਟਾਲੀਅਨ ਲੋਕ ਨੇ ਤੁਸੀਂ ਦੇਖਦੇ ਹੋ ਇਹ ਗੱਲਾਂ ਖਤਮ ਹੋ ਗਈਆਂ ਨੇ ਇਸਲਾਹ ਤਰਬੀਅਤ تعلیم ਖਲਾਣ ਖਤਮ ਹੋ ਗਈਆਂ ਨੇ ਜਦੋਂ ਖਤਮ ਹੋ ਗਈਆਂ ਨੇ ਤੇ ਫਿਰ ਇਹਨਾਂ ਦੀਆਂ ਰਾਵਾਂ ਵੀ ਖਰਾਬ ਹੋ ਗਈਆਂ ਨੇ ਤੇ ਸਾਡੇ ਸਾਨੂੰ ਕਾਦੀ ਟੈਨਸ਼ਨ ਹੈ ਅੱਲਾ ਦਾ ਬੜਾ ਫਜ਼ਲ ਹੈ ਸਿਰਫ ਥੋੜਾ ਜਿਹਾ ਕਾਰਜਚ ਮਾਹੌਲ ਪੈਦਾ ਕਰੀਏ ਆਪਣੇ ਰੰਗ ਜਿਹੜੇ ਨੇ ਉਹ ਇਸਲਾਮੀ ਰੰਗ ਮਜ਼ਹਬ ਦੇ ਰੰਗ ਧਰਮ ਦੇ ਰੰਗ ਉਹਨਾਂ ਨੂੰ ਇਨਸ਼ਾ ਅੱਲਾ ਬਖੇਰਾਂਗੇ ਤੇ ਰੌਣਕਾਂ ਲੱਗ ਜਾਣਗੀਆਂ ਤੇ ਥੈਂਕ ਯੂ ਵੈਰੀ ਮਚ